ਹਾਂ ਜੀ, ਅਸਲਾਮ ਵਾਲੇਕਮ। ਉਮੀਦ ਕਰਦਾ ਸਾਰੇ ਭੈਣਾਂ ਭਰਾ ਠੀਕ ਹੋ। ਸੋ ਮੈਂ ਮਨਸੂਰ ਜੱਟ ਜੀ, ਬਿਲਕੁਲ ਤੁਸੀਂ ਦੱਸ ਰਹੇ ਹਾਂ ਮੱਕਿਆਂ ਦੀ ਰੋਟੀ ਦਾ ਨਾਲ ਹੀ ਲੱਸੀ। ਇਹ ਤੱਕ ਨਹੀਂ ਦੱਸੋ ਮੱਕਿਆਂ ਦੀ ਰੋਟੀ ਅਤੇ ਲੱਸੀ ਮਿਰਚ। ਸਾਰਿਆਂ ਭੈਣਾਂ ਭਰਾਵਾਂ ਕੀ ਜੁਮਾ ਮੁਬਾਰਕ। ਆ ਜੁਮਾ ਆ ਅਤੇ ਨਾਲ ਲੱਸੀ ਮਿਰਚ, ਅਸਾਂ ਖਾਣੇ ਆ ਨਾਲ ਚੁਪੜੀ ਰੋਟੀ ਹੈ। ਤੁਸੀਂ ਦੱਸਣੀ ਆ ਪ੍ਰਾਪਰ ਇੱਕ ਪੁਰਾਣੀ ਯਾਦ ਤੁਸੀਂ ਤਾਜ਼ਾ ਕਰਾਉਣੀ ਆ। ਤੱਕ ਨਹੀਂ ਦੱਸੋ ਪੂਰਾ ਦੇਸੀ ਮੋਲ ਹੈ, ਦੇਸੀ ਖੁਰਾਕ ਖਾਈ ਰਹੇ ਹਾਂ। ਇਨਸ਼ਾਅੱਲਾ ਅੱਜ ਦੀ ਵੀਡੀਓ ਸੀ ਬੜੇ ਮਜ਼ੇ ਨਹੀਂ। ਹੁਣ ਤੱਕ ਸਾਂ ਗਏ ਕਿਹੜੇ ਕਿ ਪਾਠ ਨਾਲ ਜੁੜਸਨ, ਸਾਰੇ ਨਾਲ ਪਾਠ ਜੁੜਸਾਂ, ਜਿੱਧਰ ਜਾਸਾਂ ਨਾਲ ਪਾਠ ਜੋਨੇ ਜਾਸਾਂ। ਇਹ ਰੋਟੀ ਖਾਣੀ ਆ, ਇਹ ਤਾਂ ਸੋ ਰੋਟੀ ਖਾਣੀ ਆ। ਉਸ ਤੋਂ ਬਾਅਦ ਇਨਸ਼ਾਅੱਲਾ ਅਸਾਂ ਜਿੱਧਰ ਜਾਸਾਂ ਤੁਸਾਂ ਕਿ ਪਾਠ ਨਾਲ ਦੱਸਣੇ ਰਹੇ ਸਾਂ। ਬਾਕੀ ਇਹ ਰੋਟੀ ਭੰਨੇ ਆ, ਚੁਬੜੀ ਰੋਟੀ ਨਾਲ ਹੀ ਚਟਨੀ ਆ ਲੱਸੀ। ਕਿਹੜਾ ਕਿਹੜਾ ਮੰਗਾ ਬਾਸੋ, ਇਹ ਮੱਕਾਂ ਦੀਆਂ ਰੋਟੀਆਂ ਅਤੇ ਬਾਜਰੀਆਂ ਰੋਟੀਆਂ, ਬਾਜਰੀਆਂ ਰੋਟੀਆਂ ਹੁੰਦਾ ਲੱਸੀਆਂ ਮਿਰਚਾਂ ਖਾਣਾ ਰਿਹਾ। ਸਪੈਸ਼ਲੀ ਵੀਡੀਓ ਪਰਦੇਸ ਨੇ ਤੇ ਇਹ ਤੁਸੀਂ ਮੇਰਾ ਦੇਸੀ ਹੈ ਨਾ, ਉੱਥੇ ਉਹ ਸੀ ਬਲੇਤੀ ਦੇਣੀ ਲੱਸੀ। ਇਹ ਆ ਪ੍ਰਾਪਰ ਦੁੱਧਿਆਂ ਲੱਸੀ ਮੰਜੀ ਨੇ। ਹੁਣ ਜਿਹਨੇ ਆ ਗਿਆ ਜਮਾ ਹੁਣ ਪੜਿਆ। ਉਹ ਜੀ ਠੀਕ ਹੋ ਜੀ, ਠੀਕ ਠਾਕ ਹੋਰ ਸੁਣਾ। ਠੀਕ ਆ ਜਮਾ ਮੁਬਾਰਕ, ਮੁਬਾਰਕ 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 ਖੈਰ ਮੁਬਾਰਕ ਨਾਲ ਭਾਈ ਫਰਕ ਹੋਰ ਠੀਕ ਹੋ। ਉਹ ਕਣਕਾਂ ਬਿਲ ਹੋ ਗਈਓ ਸੁਣਾ, ਅਸਾਂ ਬਿਲ ਬਿਲ ਹੋ ਗਈ। ਹਣੇ ਬਾਰਿਸ਼ ਹੋਈ ਗਈ ਸੀ, ਐ ਤਾਂ ਕੋਈ ਜਨਾਬ, ਐ ਤਾਂ ਕੋਈ ਜੀ ਪੋਸ਼ੋ ਪੋ ਵੇਚਿਆ ਕੋਨੇ। ਹਾਂ ਕੋਨੇ ਜੇ ਵੇਚਿਆ ਕਿਆ ਕੋਲ ਕੋ ਬੰਦਾ ਪੁੱਛਣਾ ਸੀ ਪੌਣੇ ਬਾਰੇ ਚ ਦੱਸਾਂ ਨਾ ਜਿਹੜਾ ਪੋਸ਼ਣ ਜਾਣਾ ਕਿਸੇ ਰੁਪਈਏ ਕੋਈ ਮਣ ਛਣਾ ਉਹਦਾ ਦੇਸੀ ਜਿਹੜਾ ਜਿਹੜਾ ਆਇਆ ਉਹ ਪਤਾ ਲੱਗ ਸੀ ਨਾ, ਉਹ ਪੈਸੇ ਗੋਜੇ ਵੀ ਬਣਾਣੇ ਸੀ ਨਾ। ਹਾਂ ਉਹ ਐਸੀ ਦੇ ਪੈਸੇ ਅਣਸੇ ਦੇ ਪਤਾ ਲੱਗ ਸੀ, ਪੈਸੇ ਨੂੰ ਸਫਤੇ ਲੋਨੇ ਪੱਜੇ ਨਹੀਂ ਮਰਨੇ, ਨੋਟ ਦਾ ਨਹੀਂ ਆਣਾ ਨਹੀਂ। ਫਿਰ ਵੀ ਆ ਜਿਹੜੇ ਅੱਛਾ ਕਰਦੇ ਨੇ ਇਹ ਕੋਣੀ ਮਤਲਬ ਕੁਝ ਕੋਣੀ ਦਾ ਕਿਸੇ ਜਿਹੜਾ ਕਿਸੇ ਦੇਦਾ ਜਿਹੜਾ। ਹਾਂ ਹਾਂ ਵੈਸੇ ਕਿਹੜੇ ਚੱਲਣਾ ਪਿਆ ਫਿਰਕ 1500 ਰੁਪਏ ਮਣ ਦਾ ਆਣ ਪੋ। ਹਾਂ ਹਾਂ ਭਾਈ ਉਹ ਵੇਚੇ ਸਾਰੇ ਇਹ ਵੇਚਨੇ ਨਹੀਂ ਪਏ 1500 ਰੁਪਏ ਮਣ। ਇੱਥੇ ਇਹ ਬੋਣੇ ਲੱਗੇ 1500 ਰੁਪਏ ਮਣ ਹੈ, ਲੇਕਿਨ ਪਤਾ ਸਹੀ ਕੋਣੀ ਜਾ ਤੂੰ ਕਿ ਪਾਇਆ ਨਾ। ਉਹ ਸਦਕਾ ਵੇਚਿਆ ਨੇ ਇਹਨਾਂ ਸਾਡੇ ਭਾਈ ਸਦਕਾ ਹੈ ਭਾਈ ਫਰੂਕ। ਕੀ ਰੇਟ ਹੋਣਾ ਜੀ ਅੱਜ ਕੱਲ 1500 ਰੁਪਏ ਠੀਕ ਬੈਣ ਇਹ ਤਾਂ ਕੋਈ ਜਨਾਬ ਪੋਟ ਗਏ ਆ, ਕਣਕਾਂ ਲੋਕਾਂ ਗਏ ਉੜੀਆਂ ਤੇ ਇਸ ਵੇਸੇ ਇਹਦੇ ਕੋਲ ਬੋਰੇ ਭਰੇ ਵੀ ਕਾਫੀ ਬੋਰੇ ਭਰੇ ਹਨ ਜੀ। ਤਾਂ ਮੌਸਮ ਬਾਰੇ ਕੀ ਆਣੇ, ਬਾਰਿਸ਼ਾਂ ਕਿਆ ਬਣੇ ਨੇ, ਬਾਰਿਸ਼ ਉਸੇ ਨਾ ਜੇ ਬਾਰਿਸ਼ ਹੋਸੀ ਅੱਜ ਵੀ। ਹਾਂ ਮੈਂ ਦੱਸੋ ਬਾਰਿਸ਼ ਹੋਸੀ ਤਾਂ ਬਾਕੀ ਆਹ ਬੰਦੇ ਸਾਰੀਆਂ ਕਣਕਾਂ ਗਈ ਉੜੀਆਂ। ਇਹ ਤੱਕ ਜੀ ਜਨਾਬ ਖਜੂਰਾਂ ਲੱਗੀਆਂ, ਬਹੁਤ ਪੁਰਾਣੀਆਂ ਖਜੂਰਾਂ ਇਸ ਸਾਰੇ ਇਲਾਕੇ ਲੱਗੀਆਂ। ਆਮ ਭਾਈ ਫਾਰੂਕ ਕਿਆ ਪਾਣੇ ਚੁਣੇ ਹੋ ਕਿ ਬਹੁਤ ਖੂਬਸੂਰਤ ਇਲਾਕਾ, ਕਿਤਨੀਆਂ ਪੁਰਾਣੀਆਂ ਖਜੂਰਾਂ ਇਸ ਏਰੀਏ ਲੱਗੀਆਂ ਇਹ ਸਿੱਖਾਂ ਦੇ ਦੌਰ ਦੀਆਂ। ਹਾਂ ਹਾਂ ਮਤਲਬ ਇਹ ਆਪ ਲਈਆਂ ਨਹੀਂ ਗਈਆਂ? ਨਾ ਨਾ ਇਹ ਸਾਬਕਾ ਦੌਰ ਦੀਆਂ। ਅੱਛਾ ਸਾਲਾ ਕਿ ਭੂਜਦਾ ਖਜੂਰਾਂ ਨਹੀਂ ਲੱਗੀਆਂ? ਭੂਜਦਾ ਇਹ ਬਾਹਰ ਬਾਹਰ ਨਿਕਲ ਸਮੇਂ ਇੱਕੇ ਲੈ ਪਕੜੀਆਂ ਮਤਲਬ ਇਹ ਪਕੜੀਆਂ ਕੋਈ ਪਿਆਵ ਦੀ ਨਹੀਂ ਸਕੀਆਂ, ਮਤਲਬ ਪਕੜੀਆਂ ਐ ਨਿੱਕੀ ਨਿੱਕੀਆਂ ਕਾਲੀ ਕਾਲੀ ਹੋ ਜਾਈਆਂ। ਭਾਈ ਫਾਰੂਕ ਸਹੀ ਜਨਾਬ ਪੱਕ ਸੱਟੀ ਵੀ ਹੈ ਐਸ ਬੂਟੀਆਂ ਬਾਰੇ ਕਿਆ ਬਣੇ ਉਹ ਤੇਰੀ ਇਹ ਬੂਟੀ ਹੈ ਇਹ ਬੜੀ ਜ਼ਾਲਮ ਬੂਟੀ ਹੈ ਜੀ। ਹਾਂ ਫੁੱਲ ਬੜੇ ਸੋਹਣੇ ਇਸ ਨੇ ਫੁੱਲ ਸੋਹਣੇ ਵਿੱਚ ਭੈੜੀ ਹੈ। ਹਾਂ ਐ ਤਾਂ ਕੋ ਜੀ ਇਹ ਕਦੇ ਕਦੇ ਮੰਜੀ ਮਾਲ ਬੂਟੀ ਖਾਈ ਮਰੀ ਜਾਣਾ ਸੀ ਤਾਂ ਹੁਣ ਖਾਣੇ ਹੁਣ ਕੱਖ ਨਹੀਂ, ਹੁਣ ਨਹੀਂ ਮਰਨੇ ਕਿਆ ਵਜ੍ਹਾ ਜੀ ਭਾਈ ਫਰੂਕ? ਜ਼ਹਿਰ ਖਤਮ ਹੋ ਗਿਆ। ਬਾਕੀ ਤਾਂ ਕੋਈ ਆਏ ਕੋਈ ਜੇਰੀਆ ਬਾਣ ਜੀ ਇੱਥੋਂ ਰੇਤ ਛੇਤ ਕਰਨੇ ਮਿਲਸਾਂ ਤਾਂ ਬਾਕੀ ਤਾਂ ਕੋਈ ਬੂਟੇ ਛੁੱਟੇ ਬੜੇ ਸੋਹਣੇ। ਹਾਂ ਜੀ ਜਨਾਬ ਬਿਲਕੁਲ ਇੱਕ ਦੁਕਾਨਾਂ ਪਰ ਆਇਆ ਤੁਸੀਂ ਦੱਸਣੀਆਂ ਕਿਆ ਸਿਸਟਮ ਆ ਚੀਜ਼ਾਂ ਕਿੰਨੇ ਨਾ। ਸਭ ਤੋਂ ਪਹਿਲਾਂ ਜਨਾਬ ਜੀ
ਅਸਲਾਮ ਵਾਲੇਕਮ ਵਾਲੇਕਮ ਸਲਾਮ ਠੀਕ ਹੋ ਸਰ ਠੀਕ ਹੈ ਜ਼ਬਰਦਸਤ ਕਿਆ ਕਰੀ ਗੋ ਤੱਕੇ ਗਏ ਯਾਰ ਕੰਡਾ ਆ ਕੰਡਾ ਆ ਐ ਤੋ ਕੋ ਜੀ ਕੰਡਾ ਜੀ ਸਾਰਿਆਂ ਨੂੰ ਚੰਗਾ ਕੰਡਾ ਇਹ ਪੂਰਾ ਵਜ਼ਨ ਜਿਹੜਾ ਬਿਲਕੁਲ ਜੀ ਸਾਰਿਆਂ ਨੂੰ ਚੰਗਾ ਕੰਡਾ ਕੋਈ ਥੈ ਏਰਾ ਫੇਰੀ ਨਹੀਂ ਹੋਣੀ ਫੇਰੀ ਹੈ ਏਰੀ ਫੇਰੀ ਸੁਜ ਨਹੀਂ ਹੋਣੀ ਇਹ ਪੂਰੇ ਤਲਾਰੇ ਟਿਕੇ ਮੈਂ ਤਕਨੇ ਸੋ ਇਹ ਜਨਾਬ ਆਰ ਕਿਸਮ ਟਿਕੇ ਆ ਤਕਰੀਬਨ 100 ਕਿਲੋ ਜੀ ਹੋ ਜਾਣਾ 50 ਕਿਲੋ ਜੀ ਹੋਣਾ 50 ਕਿਲੋ ਜੀ ਇਹ 5 ਕਿਲੋ ਦਾ 10 ਕਿਲੋ ਜੀ ਚੀਜ਼ ਤੁਰੀ ਹੈ ਤਾਂ ਕੋ ਆਰ ਬੰਦੇ ਨਹੀਂ ਸਮਝਣੀ ਇਹ ਲੱਗੇ ਨੇ ਸਟਾਕੀ ਸਟਾਕੀ ਇਹ ਪੁਰਾਣੇ ਜ਼ਮਾਨੇ ਨੇ ਸਟਾਕੀ ਦਿਓ ਜੀ ਸਟਾਕੀ ਕਿਉਂ ਦਿਓ ਜੀ ਇਹ ਸਟਾਕੀ ਇਹ ਕਿਹਾ ਨੇ ਇਹ ਤੂੰ ਨਿੱਕੀ ਹੋਣੀ ਹੈ ਇਸ ਦੀ ਤੂੰ ਨਿੱਕੀ ਹੈ ਇਹ ਕੀ ਚੀਜ਼ ਹੈ ਸਮਝੀ ਬਾਕੀ ਪੱਤੀ ਕਿਹੜੀ ਮਸ਼ਹੂਰ ਸੰਗਲ ਹੈ ਸੁਪਰੀਮ ਹੈ ਕੰਬਰ ਸ਼ਾਹ ਸਭ ਤੋਂ ਮਸ਼ਹੂਰ ਪੱਤੀ ਤਾਂ ਦੁਕਾਨ ਨੇ ਇਹ ਤਾਂ ਕੋਈ ਕੰਬਰ ਸ਼ਾਹ ਕੰਮ ਇਹ ਕਿਤਨੇ ਨੇ ਮਤਲਬ ਕਿਤਨੇ ਕਿਲੋ ਨਾ ਕੋਈ ਪਾਉਣਾ ਅੱਧਾ ਕਿਲੋ ਹੈ ਪੈਕਟ ਹੈ ਅੱਧਾ ਕਿਲੋ ਪੈਕਟ ਕੋਣ ਹੈ ਪ੍ਰਾਈਸ ਹੈ ਗਈ ਹੈ ਪਰ ਇਹ ਦੇਖੋ ਜੀ 900 ਰੁਪਏ ਹਾਂ ਸਭ ਤੋਂ ਜ਼ਿਆਦਾ ਇਹ ਚੱਲੀ ਹੈ ਇਹ ਚੱਲੀ ਹੈ ਸੁਪਰੀਮ ਚੱਲੀ ਹੈ ਇਹ ਤੁਸੀਂ ਆਪਣੀ ਖੋਪੜੀਆਂ ਜਾਂ ਨਾ ਨਹੀਂ ਹੈ ਇਸ ਨਾ ਨਹੀਂ ਉਹ ਪਰੇ ਡੋ ਲੱਗੀ ਹੈ ਨਾ ਬਸਾਰ ਵੀ ਮੁੰਡਾ ਨਾ ਉਹ ਤਾਂ ਬਸਾਰ ਵੀ ਆ ਗਈ ਸਰੇ ਵਾਹ ਜੀ ਵਾਹ ਪੱਤੀ ਪੈਕਿੰਗ ਹੋਈ ਹੈ ਇਹ ਵੀ ਹੈ ਇੱਧਰ ਸ਼ ਸੁਪਰੀਮ ਦੱਸਾਂ ਸੁਪਰੀਮ ਸੁਪਰੀਮ ਇਹ ਕੰਬਰ ਜੀ ਆ ਤਾਂ ਵੀ ਸਭ ਤੋਂ ਪੁਰਾਣੀ ਚਾਹ ਨਿੱਕੀ ਨਿੱਕੀ ਹੋਣੀ ਸਾਂ ਸਭ ਤੋਂ ਪੁਰਾਣੀ ਸਪਰਿੰਗ ਚਾਹ ਇਹ ਸਪਰਿੰਗ ਚਾਹ ਆ ਇਹ ਕੰਬਰ ਇਹ ਵੇਖ ਕੀ ਹੈ ਡੱਬੇ ਵਿੱਚ ਪਹਿਲੇ 200 ਹੋਣੀ ਸੀ ਪੈਕਟਾਂ ਵਿੱਚ ਹੋਰ ਜ਼ੋਰ ਬਸਾਰ ਹੈ ਜ਼ੋਰ ਬਸਾਰ ਸੀ ਪਤਾ ਇਹ ਬੜੇ ਮਸ਼ਹੂਰ ਹੋਣੇ ਹਾਂਜੀ ਬਿਲਕੁਲ ਜਨਾਬ ਸ਼ਾਹ ਜੀ ਜਨਾਬ ਹੁਣ ਜਨਾਬ ਤੁਸੀਂ ਉਹ ਚੀਜ਼ ਦੱਸਣੀ ਆ ਤੁਸੀਂ ਪਤਾ ਜਿਹੜੇ ਅਸੀਂ ਨਿੱਕੇ ਨਿੱਕੇ ਹੋਣੇ ਸਾਂ ਇਹ ਬਿਸਕਟ ਬਹੁਤ ਜ਼ਿਆਦਾ ਹੋਣੇ ਸਨ ਉਹਲਾ ਬੇਕਰੀਆਂ ਦਾ ਸਿਸਟਮ ਜ਼ਿਆਦਾ ਇਹ ਹੋਣਾ ਸੀ ਇਹ ਬਿਸਕਟ ਹੋਣੇ ਸਨ ਇਹ ਉਹ ਬਿਸਕਟ ਨਾ ਜੀ ਬਿਲਕੁਲ ਕਿਆ ਕਰੋ ਇਹਨਾਂ ਬਿਸਕਟ ਨਾ ਕਹਿਣਾ ਬਿਸਕਟ ਬਿਸਕਟ ਹੀ ਐਲਕੋ ਜੀ ਇੱਥੋਂ ਚੱਕੋ ਨਾ ਕਹੋ ਤੱਕੋ ਜੀ ਇਹਨਾਂ ਨੂੰ ਮਜ਼ਾ ਵੀ ਜਨਾਬ ਮੇਰਾ ਇੱਦਾਂ ਦੱਸਣਾ ਰਸਾਂ ਵਾਲੇ ਹਾਂ ਰਸਾਂ ਵਾਲੇ ਉਹ ਪੇਟੀਆਂ ਵਾਲੇ ਰਸਾਲਾ ਉਹ ਨਹੀਂ ਜਿਹੜਾ ਪੇਟੀਆਂ ਨਹੀਂ ਹੋਣੇ ਸਰ ਉਹ ਵੇਚਣੇ ਹੋਣੇ ਸਰ ਬਿਸਕਟ ਉਹ ਇਹ ਐਲੀ ਪ੍ਰੈਸੂ ਇਹਨਾਂ ਨੂੰ ਮਾਣਾ ਚਿਮਕਾਉਣਾ ਸੀ ਠੀਕ ਹੈ ਸੂਆ ਟਿਮਕਾਉਣਾ ਸੀ ਤਾਂ ਵੇਚਣੇ ਹੋਣੇ ਸੀ ਨਾ ਉਹ ਪੁਰਾਣੀ ਯਾਦ ਤਾਂ ਦੱਸਣ ਚਾਹੀਏ ਹੈ ਪ੍ਰਾਪਰ ਇੱਕ ਪੁਰਾਣੀ ਯਾਦ ਹੈ ਹਾਂਜੀ ਬਿਲਕੁਲ ਸੁਣ ਤੱਕਣੇ ਉਸ ਜਨਾਬ ਇਹ ਇੱਕ ਸ਼ੀਸ਼ੀ ਆਈ ਸੀ ਉਹਨਾਂ ਸਰ ਨਿੱਕੀਆਂ ਹੋਣੇ ਮਤਲਬ ਸ਼ੀਸ਼ੀ ਹੈ ਕੁਛ ਜ਼ਮਾਨੇ ਨਵੀਂ ਨੇ ਬੋਤਲਾਂ ਆਈਆਂ ਸਨ ਕੱਚਿਆਂ ਨਹੀਂ ਆ ਪਹਿਲੇ ਹੋਣੀਆਂ ਸਨ ਪਲਾਸਟਿਕ ਦੀਆਂ ਕੱਚਿਆਂ ਦੀ ਬੋਤਲਾਂ ਆਈਆਂ ਸਨ ਆਏ ਸਨ ਸਾਂ ਜੁਲੇ ਆ ਦੁਕਾਨ ਸ਼ੀਸ਼ੀਆਂ ਬਣੀ ਜੁੜੀਆਂ ਇਹ ਆਏ ਸਨ ਸ਼ੀਸ਼ੀ ਉਹ ਲੈਣੀ ਸੀ ਇਹ 10 ਆਣੀ 7 ਆਣੀ 8 ਆਣੀ 15 ਆਣੀ 20 ਆਣੀ ਤਾਂ ਹੁਣ ਕਿਸ ਤਰ੍ਹਾਂ ਹੋਈ ਹੈ 59 ਰੁਪਏ 59 ਰੁਪਈਏ ਬੋਤਲ ਤੋਂ ਹੋਈ ਹੈ ਇਸੀ ਮਤਲਬ ਆਣੇ ਸਨ ਕਿ ਸ਼ੀਸ਼ੀ ਸਾਹਮਣੀਆਂ ਜੁਲੇ ਆ ਦੁਕਾਨਾਂ ਪਰੋਂ ਤਕਣਾ ਦੱਸੋ ਇਹਨਾਂ ਨੇ ਢੱਕਣ ਇਹਨਾਂ ਨੇ ਢੱਕਣਾ ਵਿੱਚੋਂ ਕਦੇ ਕਦੇ ਸਾਈਕਲਾਂ ਦੇ ਵਿੱਚ ਇਸਨੇ ਸਰ ਫੋਟੋ ਜੇ ਆਣਾ ਸਾਈਕਲ ਲੱਭੀ ਨਾਮ ਲੱਭੀ ਪਤਾ ਨਹੀਂ ਬਿਲਕੁਲ ਅਗਰ ਗ੍ਰਾਂ ਸ਼ਾਦੀ ਹੋਣੀ ਸੀ ਨਾ ਬੰਦੇ ਕੱਚੇ ਨਹੀਂ ਬੋਤਲਾਂ ਦੇਣੇ ਹੋਣੇ ਸਨ ਹਰ ਜਗ੍ਹਾ ਢੱਕਣ ਇਕੱਠੇ ਕਰਦੇ ਹੋਣੇ ਸਨ ਢੇਰ ਹੋਣਾ ਸੀ ਢੱਕਣਾ ਨਾਲ ਪਾਸ ਤੇ ਇਹ ਉਹ ਇੱਕ ਉਹ ਮਾੜੇ ਫੋਕਾ ਹੋਣਾ ਸੀ ਤੇ ਨਿਸ਼ਾਨ ਵੀ ਉਸ ਨੇ ਬਿਲਕੁਲ ਬੋਤਲਾਂ ਪੀਣ ਰਿਹਾ ਦੱਸਣੇ ਮਕਸਦ ਇਹ ਹੈ ਕਿ ਪੁਰਾਣੀ ਯਾਦ ਸੀ ਤਾਦਾ ਕਰਾਉਣੇ ਆ ਕਿ ਇਹ ਅੱਜ ਕੱਲ੍ਹ ਇਹ ਚੀਜ਼ਾਂ ਕੱਚੀ ਖਤਮ ਹੋਈ ਨਾ ਆ ਚੱਲੀਆਂ ਕੁਝ ਕੁਝ ਸਟੋਰਾਂ ਪਰ ਬਹੁਤ ਘੱਟ ਕਟਕਟੀ ਪਲਾਸਟਿਕ ਹੋਈ ਆ ਪਲਾਸਟਿਕ ਬੂ ਹੈ ਪ੍ਰਾਪਰ ਇੱਕ ਤੁਸੀਂ ਕਿ ਸਾਂ ਪੁਰਾਣੀ ਯਾਦ ਜਨਾਬ ਤਾਦਾ ਕਰਾਈ ਹੈ ਸਭ ਤੋਂ ਪਹਿਲੇ ਤੁਸੀਂ ਚੱਕ ਕਰਾਉਣੇ ਇੱਥੇ ਲੱਗੇ ਨੇ ਖਜੂਰਾਂ ਨੇ ਬੂਟੇ ਆ ਤੱਕਣੇ ਉਸ ਤੋਂ ਇਹ ਤੱਕੇ ਨੇ ਕਿਤਨੇ ਸਭ 10 ਬੂਟੇ ਖਜੂਰਾਂ ਨੇ ਇਹ ਤਕਰੀਬਨ ਖਜੂਰਾਂ ਪੱਕ ਸਨ 6ਵੇਂ ਮਹੀਨੇ 'ਚ ਕਿਝ ਬੂਟੇ ਸੜੀ ਗਏ ਸਨ ਕਿਝਾਂ ਲੱਗੀਆਂ ਖਜੂਰਾਂ ਤਾਂ ਇਹ ਤੱਕ ਨਹੀਂ ਦੱਸੋ ਇਹ ਐ ਤੱਕ ਨਹੀਂ ਦੱਸੋ ਹਰ ਜਗ੍ਹਾ ਖਜੂਰਾਂ ਦੇ ਬੂਟੇ ਨਹੀਂ ਲੱਗੇ ਹੋਣੇ ਸਾਰੇ ਇਲਾਕੇ 'ਚ ਬਹੁਤ ਜ਼ਿਆਦਾ ਖਜੂਰਾਂ ਦੇ ਬੂਟੇ ਲੱਗੇ ਹੋਏ ਐ ਤੱਕ ਨਹੀਂ ਦੱਸੋ ਇਤਨੇ ਜ਼ਬਰਦਸਤ ਇਤਨੇ ਸੋਹਣੇ ਬੂਟੇ ਲੱਗੇ ਹੋਏ ਇਹ ਤੱਕ ਹੀ ਨੇ ਤੱਕੋ ਸਹੀ ਮਤਲਬ ਆਈਆਂ ਬੜੇ ਬੜੇ ਬੂਟੇ ਲੱਗੇ ਹੋਏ ਨੇ ਹਰ ਜਗ੍ਹਾ ਖਜੂਰਾਂ ਦੇ ਬੂਟੇ ਨਹੀਂ ਹੋਣੇ ਬਾਕੀ ਤੁਸੀਂ ਦੱਸਣੇ ਐ ਤੱਕੋ ਇਹ ਨਾਲ ਖਜੂਰਾਂ ਦੱਸੀਆਂ ਲੱਗੀ ਨਾਲ ਇਸ ਨਾਲ ਕੱਚੀਆਂ ਇਹ 6ਵੇਂ ਮਹੀਨੇ 'ਚ ਖਜੂਰਾਂ ਜਿੰਨੀਆਂ ਪੱਕ ਸਨ ਇਹ ਨਾਲ ਲੱਗੀਆਂ ਦੱਸੀਆਂ ਦੱਸਣ ਮਾਸ਼ਾਅੱਲਾ ਬੜਾ ਸੋਹਣਾ ਮੌਸਮ ਹੈ ਸੋ ਬਾਰਿਸ਼ਾਂ ਦਾ ਸਿਲਸਿਲਾ ਖਤਮ ਹੋ ਗਿਆ ਅੱਜ ਤੋਂ ਬਾਰਿਸ਼ਾਂ ਰੁਕੀ ਗਈਆਂ
ਤਰਿਆ ਦੇ ਬਾਰਿਸ਼ ਹੀ ਸੀ, ਅੱਜ ਬਾਰਿਸ਼ ਕੋਈ ਨਹੀਂ ਹੋ ਰਹੀ, ਤੱਕ ਹਫ਼ਤਾ ਬਾਰਿਸ਼ ਮੁੜੀ ਕਦੋਂ ਸ਼ੁਰੂ ਹੋਈ ਸੀ। ਬਾਕੀ ਤੱਕ ਨਹੀਂ ਦੱਸੋ ਕਿੱਦਾਂ ਸੋਹਣਾ ਮਾਹੌਲ ਮੰਦੇ ਆ, ਇਹ ਤੱਕ ਨਹੀਂ ਦੱਸੋ। ਮਾਸ਼ਾਅੱਲਾ ਬੜਾ ਖੂਬਸੂਰਤ ਮੰਜ਼ਿਲ ਹੈ। ਬਾਕੀ ਤਾਂ ਕੁਝ ਪਲੇਨ ਦੇ ਬੂਟੇ ਨਾਲ ਬੂਰ ਲੱਗੇ ਆ, ਜਿਹੜੇ ਤੁਸੀਂ ਪਤਾ ਮਾਸ਼ੀਆਂ ਲਿਖਣੇ ਹੋਣੇ ਤਾਂ ਬੂਰਾਂ ਨਾਲੋਂ ਮਹਿਲੀਆਂ ਰਸ ਚੂਸਣੀਆਂ, ਇਹ ਤੱਕ ਨਹੀਂ ਦੱਸੋ। ਬਾਕੀ ਤੱਕ ਜੀ ਦੇਹ ਵੀ ਸਹੀ ਮਾਸ਼ਾਅੱਲਾ ਅੱਜ ਸਹੀ ਚੜ੍ਹੇ ਆ, ਲੇਕਿਨ ਜਿਸ ਤਰ੍ਹਾਂ ਦੇਹ ਚੜ੍ਹਿਆ ਇਸ ਤਰੀਕੇ ਨਾਲ ਸਰਦੀ ਕੋਣੀ, ਇੱਥੇ ਕੋਈ ਦੇਹ ਵੀ ਮਾਸ਼ਾਅੱਲਾ ਬੜਾ ਖੂਬਸੂਰਤ ਚੜ੍ਹਿਆ, ਜਿਸ ਤਰੀਕੇ ਨਾਲ ਦੇਹ ਚੜ੍ਹਿਆ ਇਸ ਤਰੀਕੇ ਨਾਲ ਗਰਮੀ ਕੋਣੀ। ਤੁਸੀਂ ਪਤਾ ਹੁਣ 5 ਮਹੀਨੇ ਲੱਗਣੇ ਲਾ, ਤਾਂ ਫਿਰ ਵੀ ਗਰਮੀ ਕੋਣੀ ਇੱਥੇ, ਇਹ ਤੱਕ ਨਹੀਂ ਦੱਸੋ। ਤਾਂ ਬਾਕੀ